ਕਿਵੇਂ ਈਜ਼ੀ ਰਹਿ ਸਕਦਾ ਹੈ? ਮਾਂ ਜੀ ਮੈਂ ਕਿਵੇਂ ਸ਼ਾਦੀ ਕਰਾਂ? ਹਈ ਵੀ ਛੋਟੀ ਜੀ ਤੇ ਹੈ ਵਾ। ਉਹ ਅਗਲਾ ਆਪੇ ਵੱਡੀ ਕਰ ਲੇਗਾ, ਤੂੰ ਵਿਆਹ ਤੇ ਕਰ। ਹਾਂ ਅਮੀ ਜੀ ਤੁਹਾਨੂੰ ਸ਼ਰਮ ਬਿਲਕੁਲ ਵੀ ਨਹੀਂ ਆ ਰਹੀ? ਅੱਬਾ ਜੀ ਕੋਲ ਖਲੋ ਕੇ ਕਿਵੇਂ ਵੱਡੀ ਕਰ ਲੇਗਾ ਉਹ? ਜਿੰਨੇ ਮੈਂ ਜਿਸ ਕੋ ਛੇਕ ਕੇ ਵੱਡੀ ਕਰ ਲਈ ਸਾਰੇ ਜਿਹੜੇ ਹੁੰਦੇ ਨੇ ਨੌਵਾਂ ਨੂੰ ਅੱਛੇ ਰੱਖਣ ਤੇ ਨੌਵਾਂ ਪਿਆਰ ਨਾਲ ਲਾੜਨਾ ਅੱਛੀਆਂ ਧੀਆਂ ਵਾਂ। ਦੇਖੋ ਮਾਂ ਜੀ ਹਈ ਮੈਂ ਸ਼ਾਦੀ ਤੇ ਕਰ ਹੀ ਨਹੀਂ ਸਕਦੀ ਕਿਉਂਕਿ ਮੈਨੂੰ ਇਸ਼ਕ ਕਰਨਾ ਆਉਂਦਾ ਹੀ ਨਹੀਂ, ਨਾ ਮੈਂ ਕਦੀ ਵੇਖਿਆ ਕਿਸੇ ਨੂੰ ਕਰਦੇ ਆ। ਓ ਬੇਟਾ ਇਸ਼ਕ ਕਰੀਗਾ ਨਹੀਂ ਇਹ ਤਾਂ ਹੋ ਜਾਂਦਾ ਹੈ, ਔਰ ਐਸਾ ਹੁੰਦਾ ਹੈ ਜਾਨ ਲੈ ਕੇ ਛੱਡਦਾ ਹੈ। ਇਹ ਤਜਰਬਾਕਾਰ ਔਰਤ ਇਹਨੇ ਕਈ ਕੀਤੇ ਨੇ। ਆ ਮੈਂ ਤੇ ਮਾਂ ਨੂੰ ਕੁੜਤੀ ਦਿੱਤੀ ਸੀ। ਅੱਬਾ ਜੀ ਨਾ ਕਰਿਆ ਕਰੋ, ਮੇਰੀ ਅੰਮੀ ਨੇ ਹੋ। ਹਾਂ ਮੇਰੀ ਬਾਤ ਸੁਣੋ, ਤੁਮ ਲੜੋ ਨਾ, ਇਸ ਬੱਚੀ ਕੋ ਪੜ੍ਹਨੇ ਦੋ। ਕਿਉਂ ਮੈਂ ਲੜ ਨਹੀਂ ਰਹੀ? ਮੈਂ ਤੇ ਇਹ ਚਾਰ ਹੀ ਤੂੰ ਉਸਕੀ ਸ਼ਾਦੀ ਹੋ ਜਾਏ। ਚਪੇੜ ਨਾ ਮਾਰ ਦੇਈ। ਨਹੀਂ ਨਹੀਂ ਖਾਵਾਂ ਰੇ ਤੂੰ ਮੇਰਾ। मैं कहता हूँ बच्ची उसको पढ़ने दो, अभी उसको मेहनत करना, शादी कर लेंगे। तुम्हें शादी की किस बात की जल्दी है? नहीं नहीं अम्मी जी, कहा था कि मैं बच्ची मुझे पढ़ने दो फिर शादी करेंगे, तेनू की काली सी। ओ मैं तो टोन हो गया था तेरे ऊपर। आज मैंने पता लगा अम्मी जी तुसी किवें शादी। अम्मी जी तुसी कितने साल दे जो तुम्हारी शादी हो गई सी? मैं 12 साल दी सा खैर। बड़ी आहर चुकी सी अम्मी जी। नहीं मेरे मां-प्यो ने कहा तियां 12 साल की हो तो ब्याह दियो, इन्हें बुराई नहीं फैल दी। पुत्र गल सुन, तेरा ब्याह होएगा तो असली सुख दी। मैं ये मजबूर लिख रही है इश्क के बारे च। ओए नो कहंदी मेनू ही रांझा मंगा के दसो, उंदी दास्तान दसो। ओए उसको कर लेने दो ना, गुस्सा कर तू, चुप कर, उसको ही रांझा भी बुला देते हैं सारे, अपना थीसिस कर लेने दो। तुम कौन नाराज होती हो? बच्ची पढ़ ली वाकिया तो है ही रांझा ना। ओ नहीं है, मैं मिर्ज़ा जट ना तेरी वाकिया ना है। मैं इतना पुराना नहीं हूं पर कर लेते हैं। अब्बा जी ये ਤੁਸੀਂ ਇੰਨੇ ਪੁਰਾਣੇ ਨਹੀਂ, ਇੰਨੀ ਤੁਹਾਡੀ ਉਮਰ ਹੋ ਗਈ ਹੈ। ਇਹ ਝੂਠ ਬੋਲਦਾ ਇਹਦੇ ਨਾਲ, ਜਿਹੜੇ ਡੈਣਾ ਮਰ ਗਈਆਂ ਨੇ ਜਿਹੜੀਆਂ ਇਹਦੇ ਨਾਲ ਲੁਕਣ ਮੀਟੀ ਖੇਡਦੀਆਂ। ਪਰ ਇੱਕ ਬੱਚੀ ਆਈ ਡੈਣ ਨੂੰ ਨਾਲ ਲੈ ਕੇ ਮੈਂ ਫਿਰਨ ਡਿਆ। ਜੀ ਮੇਰੀ ਗੱਲ ਸੁਣ, ਮੇਰੀ 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 ਸੋਹਣੀ ਬੀਵੀ ਨਹੀਂ, ਮੇਰਾ ਬੱਬੂ ਗੋਸ਼ਾ ਨਹੀਂ। ਮੇਰੇ ਸਾਹਮਣੇ ਕਲਾ ਨਾ ਕਰੋ, ਮੈਨੂੰ ਸ਼ਰਮ ਆਉਂਦੀ ਏ। ਓਏ ਸ਼ਰਮ ਆਉਂਦੀ ਪੁੱਤਰ, ਮੈਂ ਚਾਹਨੀ ਆ ਤੂੰ ਵੱਡੀ ਬਣੇ, ਆਪਣੇ ਘਰ ਜਾਵੇਂ, ਕਿੱਡਾ ਮਜ਼ਾ ਆ। ਓਏ ਲੋ ਕੀ ਇੱਥੇ ਡਾ ਉਡਾ ਟਿੱਕਾ ਲਾਇਆ, ਕੰਡੇ ਪਾਏ ਨੇ, ਲਹਿੰਗਾ ਪਾਇਆ, ਚੁੱਕੇ ਫਿਰੋ ਜੀ, ਇਹ ਕਰੋ ਵੋ ਕਰੋ, ਮੈਂ ਨਹੀਂ ਕਾਲੀ ਮਾਂ ਦੀ ਸ਼ਾਦੀ ਪਰ ਤੂੰ ਕਹਿ ਸਕੇ ਨਾ। ਸਹੀ ਕਹਿੰਦੀ, ਸਿਆਪਾ ਦਾ ਉਹੀ ਵਿਆਹ ਕਰੋ, ਬੱਚੇ ਖਾਓ। ਐ ਵੀ ਬੱਚੇ ਖਿਲਾਓ, ਮੀਆਂ ਦੇ ਵੱਖਰੇ, ਸੱਸ ਦੇ ਵੱਖਰੇ, ਨਖਰੇ ਚੁੱਕੋ, ਮੇਰੇ ਕੋਲ ਨਹੀਂ ਚੁੱਕੇ ਜਾਂਦੇ। ਤੇਰੇ ਕੋਲ ਨਖਰੇ ਨਹੀਂ ਨਾ ਚੁੱਕੇ ਜਾਂਦੇ? ਹਾਂ ਤੂੰ ਲਿਖਣਾ ਚਾਹੀਂ ਇਹਨਾਂ ਕਿਤਾਬ ਮੈਂ ਭੇਜਣੀ ਹੈ ਉਹੀ ਰਾਂਝੇ ਨੂੰ। ਹਾਂ ਉਹ ਸੱਸੀ ਪੁੰਨੂ ਨੂੰ ਐ ਜਿੰਨੇ ਆਸ਼ਿਕ ਨੇ, ਹਾਂ ਉਹਦੇ ਤੂੰ ਲਿਖ ਲੈ, ਉਸ ਬਾਅਦ ਮੈਨੂੰ ਆਪਣਾ ਫੈਸਲਾ ਦੇ ਤੇ ਮੈਂ ਤੇਰਾ ਵਿਆਹ ਕਰ। ਸੋਹਣੇ ਕੋ ਭੇਜੋ, ਸੋਹਣੇ ਕੋ ਸੋਹਣੇ ਭੇਜੋ ਜੀ। ਹਾਂਜੀ ਇਧਰ ਆਏ ਨਾ ਜਰਾ, ਭਾਂਡੇ ਨਹੀਂ ਧੋਣੇ। ਹਾਂਜੀ ਇਹ ਗੱਲ ਸੁਣ ਬੀਬੀ ਜੀ, ਸੋਹਣੇ ਕਿਤਰਾ ਜੋ ਮੈਂ ਅਖਬਾਰ ਚ ਇਸ਼ਤਿਹਾਰ ਦੇ ਦਿੱਤਾ ਹੋਇਆ, ਇੱਕ ਦੋ ਜਗ੍ਹਾ ਤੇ ਵੀ ਮੈਂ ਕਹਿ ਦਿੱਤਾ ਹੋਇਆ, ਠੀਕ ਹੈ, ਮੈਂ ਕਿਹਾ ਜਿੰਨੇ ਵੀ ਲੋਕ ਨੇ ਨਾ ਸਾਡੇ ਘਰ ਚ ਜਿਹੜੇ ਆਸ਼ਿਕ ਟਾਈਪ ਲੋਕ ਨੇ, ਹਾਂ ਠੀਕ ਹੈ, ਜਿਹੜੇ ਰਾਂਝਾ ਜਿਹਨੇ ਪੜਿਆ, ਜਿਹਨੇ ਮਜਨੂ ਪੜਿਆ, ਬਾਹਰ ਆਣ ਕੇ ਉਹਦੇ ਤੋਂ ਤੁਸੀਂ ਥੀਸਿਸ ਲਿਖ ਲੈਣਾ ਆਪਣਾ। ਬੁੱਲਰ ਜੀ ਇਹ ਕੰਮ ਤੇ ਬੜੇ ਸੋਹਣੇ ਕਰਦਾ, ਇਹ ਨੌਕਰੇ ਸੇ ਵਾਸਤੇ ਮੇਰਾ ਕਿਹਾ। ਮਜ਼ਮੂਨ ਨਹੀਂ ਲਿਖਣਾ ਚਾਹੁੰਦੀ ਇਹ, ਕੋਈ ਮਜ਼ਮੂਨ ਬਣਾਉਣਾ ਚਾਹੁੰਦੀ? ਓਹੋ ਮੈਨੂੰ ਪੁੱਛਣ ਦੀ ਇੱਕਦਮ ਗੱਲ ਫੜਦੀ ਹੈ ਨਾ, ਇਮਾਨ ਨਾਲ ਅਸਰ ਅੱਛਾ ਨਹੀਂ ਲੱਗਦਾ। ਓਏ ਇਹਦੀ ਅੰਮੀ ਆ ਰਹੀ ਆਪ ਤੱਕ। ਓਏ ਚੱਲ ਅਕਲ ਕਰੋ, ਤੁਸੀਂ ਸਿਆਣੇ ਪਿਆਣੇ ਹੋ ਗਏ ਹੋ, ਬਦਤਮੀਜ਼ ਹੈ। ਅਕਲ ਕਰੋ, ਮੈਂ ਖਲੋਤਾ ਤੁਹਾਡੀ ਧੀ ਖਲੋਤੀ, ਤੁਸੀਂ ਐਂਹੀ ਕਰਨ ਦੇ? ਏ ਮਾਂ ਸ਼ਰਮ ਆ ਲਾ ਵਿੱਕੀ, ਓਏ ਨਸੀਮ ਕੀ ਨਹੀਂ ਗੱਲ ਕਰ ਲੈ ਆਪਾਂ, ਅਸੀਂ ਡਰਾਮੇ ਦੇ ਪੈਸੇ ਲੈਣੇ ਗੱਲਾਂ ਪਟਾਉਣ ਦੇ ਲਈ। ਬੜਾ ਤੂੰ ਸ਼ੋਹਰ ਡਰਾਮੇ ਚ ਕਾਲ ਕਰ ਕੇ ਗੱਲਾਂ ਪੁੱਟੀ ਜਾਂਦਾ ਹੈ, ਮੈਂ ਕਦੀ ਪੁੱਟੀਆ? ਤੇ ਪਿਓ ਦਾ ਮਾਲ ਹੈ, ਤੂੰ ਪਹਿਲੇ ਸਰਾਂ ਦੀ ਮੇਰੀ ਗੱਲ, ਉਸਰਾਂ ਦੀ ਤੁਹਾਡੀ ਗੱਲ, ਐਵੇਂ ਔਰਤ ਔਰ ਮਰਦ ਚ ਫਰਕ ਹੁੰਦਾ? ਫਰਕ ਹੁੰਦਾ, ਲੇਕਿਨ ਉਹਨੇ ਇਹ ਕੀਤਾ ਨਾ, ਮੈਂ ਤਾਂ ਮਨਾ ਕਰ ਰਿਹਾ ਕਿ ਇਸ ਤਰ੍ਹਾਂ ਨਹੀਂ ਕਰੀਦਾ, ਹੁੰਦਾ ਬੁਰਾ ਲੱਗਦਾ। ਓਏ ਸ਼ਰਮ ਕਰ, ਮੈਂ ਖਲੋਤਾ ਮੇਰੀ ਧੀ ਖਲੋਤੀ ਹੈ, ਤੂੰ ਇੰਨੇ ਕਰੀ ਜਾਂਦਾ? ਮੈਂ ਤੈਨੂੰ ਨਹੀਂ ਕਰਨ ਦਿਆਂ, ਉਹਦੇ ਕੋਲ ਤਾਂ ਮੈਂ ਪੈਸੇ ਲੈਣੀ ਆ, ਤੈਨੂੰ ਮੈਂ ਕਰ ਦਿਆਂ। ਓਏ ਅੰਦਰ ਦੀਆਂ ਗੱਲਾਂ ਤੇ ਬਾਹਰ ਨਾ ਕਰਨ। ਅੱਛਾ ਸਮਝਾ ਇਹਨਾਂ ਨੂੰ, ਮੈਂ ਥੋੜਿਆ ਕੰਮ ਕਰ ਲਵਾਂ, ਇਹਨਾਂ ਨੂੰ ਤੂੰ ਹੀ ਰਾਂਝੇ ਦਾ ਇੰਤਜ਼ਾਮ ਕਰਕੇ ਦੇ। ਅੱਛਾ ਗੱਲ ਸੁਣ, ਓਏ ਗੱਲ ਸੁਣ, ਕੋਣ ਇਹ ਕਹਿੰਦੀ ਹੈ ਮੈਂ ਇਸ਼ਕ ਤੇ ਲਿਖਣਾ ਚਾਹਨੀ ਆ? ਲਿਖ ਲਿਖ ਅੱਗੇ ਮੈਨੂੰ ਪੁੱਛਣ ਦੀ ਸੀ, ਉਹ ਮਾਂ ਤੋਂ ਅੱਬਾ ਕਹਿੰਦੇ ਫਸਾਇਆ, ਦੱਸ ਦਾ ਤੂੰ ਕਹਿਣਾ ਸੀ, ਮੈਂ ਪਹਿਲੇ ਚਿਕੜ ਕੀਤਾ, ਮੈਨੂੰ ਕਿ ਧੱਕਾ ਦਿੱਤਾ, ਮੈਂ ਕਿ ਆਵਾਜ਼ ਆ ਦਿੱਤੀ, ਆਪਾਂ ਫਸ ਗਿਆ, ਆਪਾਂ ਫਸ ਗਿਆ, ਐਸੀ ਵੀ ਕੋਈ ਬਾਤ ਨਹੀਂ ਜੀ। ਹਾਂ ਔਰ ਕੀ ਬਾਤ ਸੀ, ਮੈਂ ਹਸੀਨ ਬਹੁਤ ਸੀ। ਉਹ ਮੈਂ ਸੱਚ ਕੇ ਜਾਵਾਂ, ਤੁਹਾਡੇ ਜ਼ਮਾਨੇ ਤੇ ਇਹੋ ਜਿਹੇ ਇਸ਼ਕ ਨਹੀਂ ਹੁੰਦੇ? ਤੁਹਾਡਾ ਪੁਰਾਣਾ ਜ਼ਮਾਨਾ ਹੁੰਦਾ ਸੀ, ਉਹਦਾ ਕੁੜੀ ਨੇ ਬੁਰਖਾ ਪਾਇਆ, ਕਿੰਨੇ ਕਿੰਨੇ ਸਾਲ ਪਤਾ ਨਹੀਂ ਲੱਗਦਾ ਜਿਹੜੀ ਲੰਘ ਜਾ ਰਹੀ ਹੈ ਕੌਣ ਹੈ। ਹਾਂ ਔਰਤਾਂ ਨੂੰ ਨਹੀਂ ਸੀ ਪਤਾ ਹੁੰਦਾ ਕਿ ਜਿਹਦੇ ਨਾਲ ਮੇਰਾ ਵਿਆਹ ਹੋਇਆ ਬੰਦਾ ਕੌਣ ਹੈ। ਬੰਦਾ ਆਪਣੀ ਬੀਵੀ ਨੂੰ ਕਹਿੰਦਾ ਭੈਣਾ ਤੈਨੂੰ ਕਿਧਰੇ ਵੇਖਿਆ? ਹਾਂ ਬਸ ਥੋੜੀਆਂ ਥੋੜੀਆਂ ਅੱਖਾਂ ਨਜ਼ਰ ਆਉਂਦੀਆਂ ਸੀ। ਅੰਮੀ ਜੀ ਤੁਸੀਂ ਇੰਜ ਕਰੋ, ਤੁਸੀਂ ਅੰਦਰ ਜਾਓ, ਮੈਂ ਜ਼ਰਾ
असल गल दसो करना की चाहते हो अपनी मर्जी का विआह करना हाँ जी अपनी मर्जी का करना है वे लेकिन मैं ये तो पता चले इश्क किवें हुंदा है मैं उंदे ते किताब लिख के फिर शादी करा मैडम इश्क जिस तरह भी होवे ना उंदा रिजल्ट एको ही आंदा है ओ की ओ तीन चार बच्चे ते मुड़ के बेड़ा कर और डिसफिगर जी होई है करके मुड़ के जान दे ए औरत नु चाहिदा ना अपनी फिटनेस रखना डाइट करना अपने बंदे दा ख्याल जो मर्जी कर लो साडी पाकिस्तानी औरत अपनी जितनी मर्जी फिटनेस कर ले हां सवेरे सवेरे मुड़ के टुली हंदी जा रही हुंदी रेडी जान दे ਚੰਗੀ ਭਲੀ ਔਰਤ ਹੁੰਦੀ ਵਿਆਹ ਤਾਂ ਦੂਜੇ ਸਾਲ ਬਾਅਦ ਹੀ ਆਰਮ ਲੋ ਆਰਮ ਦੀ ਹੋ ਜਾਂਦੀ ਇਸ ਚੀਜ਼ ਦਾ ਸਾਨੂੰ ਔਰਤਾਂ ਨੂੰ ਖਿਆਲ ਕਰਨਾ ਚਾਹੀਦਾ ਚੱਲ ਨੌਕਰਾਨੀ ਨੂੰ ਬੁਲਾ ਤੇ ਮੈਨੂੰ ਹੀਰ ਰਾਂਝਾ ਬਣ ਕੇ ਇਹ ਰੇਸ਼ਮਾ ਨੌਕਰਾਨੀ ਨੂੰ ਬੁਲਾ ਜੀ ਹਾਂ ਜੀ ਆਰਾ ਜੀ ਜੀ ਵੀ ਜੀ ਬੁਲਾ ਰਹੇ ਗੱਲ ਸੁਣੇ ਜੀ ਚੱਲ ਹੀਰ ਰਾਂਝਾ ਵਾਲਾ ਸੀਨ ਕਰਕੇ ਵਹਾ ਮੈਨੂੰ ਮੈਂ ਡਾਇਰੀ ਲਿਖਣੀ ਹੈ ਉਹ ਕਹਿੰਦੀ ਜਿਸ ਤਰ੍ਹਾਂ ਹੀਰ ਰਾਂਝਾ ਕਿਉਂ ਨਾ ਗੱਲਾਂ ਕਰਦੇ ਸਨ ਨਾ ਉਸ ਤਰ੍ਹਾਂ ਗੱਲਾਂ ਕਰਕੇ ਵਹਾ ਤੂੰ ਮੈਨੂੰ ਕਹੇ ਰਾਂਝੇ ਆ ਫੇਰ ਰਾਂਝੇ ਆ ਤੈਨੂੰ ਕਿਹਨੇ ਕਿਹਨੇ ਮੰਨਦੇ ਆ ਵਾਈ ਨਹੀਂ ਨਹੀਂ ਜਾਣਾ ਮੈਨੂੰ ਸਹੀ ਇਸ਼ਕ ਕਰਕੇ ਵਹਾਓ ਜਿਵੇਂ ਉਹਨਾਂ ਨੇ ਇਸ਼ਕ ਕੀਤਾ ਸੀ ਮੈਨੂੰ ਤਾਂ ਨਹੀਂ ਆਉਂਦਾ ਸਾਬ ਦੱਸੋ ਕਿਵੇਂ ਰਾਂਝਾ ਜਿਹੜਾ ਨਾ ਹਾਂਜੀ ਉਹਦਾ ਤੇਰੇ ਨਾਲ ਪਿਆਰ ਸੀ ਅੱਛਾ ਰਾਂਝਾ ਕਿਧਰੇ ਗਿਆ ਤੇ ਲੇਟ ਹੋ ਗਿਆ ਅੱਛਾ ਉਸ ਤੋਂ ਬਾਅਦ ਉਹ ਰਾਂਝੇ ਨੂੰ ਵੇਖ ਰਹੀ ਹੈ ਛੱਤ ਤੇ ਖਲੋ ਕੇ ਫਿਰ ਤੇ ਗਾਣੇ ਚੱਲ ਰਹੇ ਨੇ ਤੂੰ ਇੰਨੇ ਛੱਤ ਤੋਂ ਖਲੋ ਕੇ ਕਰਨਾ ਤੇ ਰਾਂਝਿਆ ਕਿੱਥੇ ਰਹਿ ਗਿਆ ਠੀਕ ਹੈ ਫਿਰ ਟੁੱਟ ਪੈਣਿਆ ਕਿੱਥੇ ਰਹਿ ਗਿਆ ਮੈਂ ਫੜਕੀ ਜੋਗਿਆ ਘਰ ਆ ਜਾ ਅੱਛਾ ਵੇ ਮੈਂ ਹਲਦੀ ਮੰਗਵਾਣੀ ਕਿਉਂ ਮੈਂ ਸੱਟਾਂ ਲੱਗੀਆਂ ਮੈਂ ਰਾਂਝਾ ਹਲਦੀ ਵੀ ਮੰਗਵਾਉਂਦਾ ਸੀ ਇੰਜ ਨਹੀਂ ਸੀ ਕਰਦਾ ਮੈਂ ਦੱਸ ਰਿਹਾ ਤੇ ਇਸ ਤਰ੍ਹਾਂ ਦੀ ਮੈਂ ਜਜ਼ਬਾਤ ਲੈ ਕੇ ਆਣੇ ਮਤਲਬ ਕਿ ਕੋਈ ਰੋਮਾਂਟਿਕ ਸੀਨ ਉਹਨਾਂ ਦਾ ਮੈਨੂੰ ਨਾ ਪਾਓ ਗਾਣਾ ਗਾਉਂਦੀ ਸੀ ਕਾਜੂ ਇਹ ਕਿਹੜਾ ਬੱਦੀ ਆ ਮਿਲ ਰਾਂਝਣ ਤੇ ਦੇਖੋ ਮੈਂ ਕਦੀ ਦੇਖੋ ਸਾਹਿਬ ਜੀ ਕਪੜੇ ਧੋ ਕੇ ਉੱਠ ਜਾ ਮੈਨੂੰ ਤਾਂ ਘਰ ਦੇ ਕੰਮ ਦਾ ਪਤਾ ਹੈ ਕਿ ਮੈਨੂੰ ਕੀ ਪਤਾ ਹੈ ਕਿਵੇਂ ਕਰੀਦਾ ਹੈ ਬਾਰਨ ਮੈਂ ਬੰਦੇ ਬਾਹਰ ਬੁਲਾਏ ਨੇ ਤੁਸੀਂ ਬੇਫਿਕਰ ਹੋ ਜਾਓ ਇੱਕ ਇੱਕ ਕਰਕੇ ਬੁਲਾ ਕੇ ਤੁਸੀਂ ਸਾਰਿਆਂ ਤੋਂ ਪੁੱਛ ਲੈਣਗੇ ਇਸ ਤੋਂ ਹੁੰਦਾ ਕਿਸ ਤਰ੍ਹਾਂ ਹਾਂ ਨਹੀਂ ਤੇ ਮੈਂ ਉਹਦੀ ਸ਼ਾਦੀ ਨਹੀਂ ਕਰਨੀ ਫਿਰ ਹਾਂ ਜੀ ਹਾਂ ਕਿਸੇ ਨੂੰ ਬੁਲਾਓ ਨਾ ਪਤਾ ਲੱਗੇ ਮੈਨੂੰ ਇਸ਼ਕ ਕੀ ਹੁੰਦਾ ਹੈ ਉਹਦੇ ਤੇ ਮੈਂ ਡਾਇਰੀ ਲਿਖਾਂਗੀ ਫਿਰ ਮੈਂ ਆਪ ਸ਼ਾਦੀ ਕਰਾਂ ਹਾਂ ਮੇਰੇ ਵੀਰ ਐਸਾ ਨਹੀਂ ਕਹਿੰਦਾ ਅੱਛਾ ਵੀਰੇ ਜਦੋਂ ਦਾ ਤੈਨੂੰ ਦੇਖਿਆ ਅੱਛਾ ਤੂੰ ਯਕੀਨ ਕਰ ਮੈਂ ਆਪਣਾ ਸਭ ਕੁਝ ਭੁੱਲ ਗਿਆ ਜੀ ਮੇਰਾ ਦਿਲ ਕਰਦਾ ਕਿ ਤੈਨੂੰ ਮੈਂ ਵਿਆਹ ਕੇ ਆਪਣੇ ਸ਼ਹਿਰ ਲੈ ਕੇ ਜਾਵਾਂ ਆਪਣੀਆਂ ਪਰਜਾਈਆਂ ਨੂੰ ਦੱਸਾਂ ਕਿ ਵੇਖ ਮੈਂ ਹੀਰ ਵਿਆਹ ਕੇ ਲੈ ਆਇਆ ਹੈ ਹਾਂ ਕਿ ਸੱਚੀ ਕਹਿ ਰਹੀ ਹੈ ਮੈਂ ਸੱਚੀ ਕਹਿ ਰਹੀ ਹਾਂ ਹੀਰੇ ਉਹ ਵੀ ਮੈਂ ਸੀਰੀਅਸ ਹੋ ਜਾਣਾ